ਸਿੰਘ ਸਾਹਿਬ, ਸਵਾਮੀਨਾਥਨ ਰਿਪੋਰਟ ਦੇ ਬਾਰੇ ਦੇ ਵਿੱਚ ਰੌਲਾ ਜਿਹੜਾ ਉਹ ਕਾਫੀ ਪੈਂਦਾ, ਪਰ ਸਵਾਮੀਨਾਥਨ ਰਿਪੋਰਟ ਦੇ ਵਿੱਚ ਹੈ ਕੀ ਹੈ, ਇਸ ਗੱਲ ਤੋਂ ਲੋਕ ਜਾਣੂ ਨਹੀਂ ਆ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2800 ਪੰਨਿਆਂ ਦੀ ਰਿਪੋਰਟ ਹੈ ਜੀ। ਨੀਅਰਲੀ 3000 ਪੰਨੇ ਨੇ, 5 ਉਹਦੇ ਵੋਲਿਊਮ ਨੇ, 1 ਉਹਦੀ ਸਮਰੀ ਹੈ, 6 ਜਿਲਦਾਂ ਬਣ ਜਾਂਦੀਆਂ ਨੇ ਜੀ। ਤੇ 2800 ਪੰਨਿਆਂ ਦੇ ਵਿੱਚੋਂ ਇੱਕ ਲਾਈਨ ਸਾਨੂੰ ਪਤਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਲਾਗਤ ਉੱਤੇ 50% ਪ੍ਰੋਫਿਟ ਕੈਲਕੂਲੇਟ ਕਰਕੇ ਕਿਸਾਨਾਂ ਨੂੰ MSP ਦਿੱਤੀ ਜਾਵੇ। ਤੇ ਭਾਈ, ਸਵਾਮੀਨਾਥਨ ਕਮਿਸ਼ਨ ਰਿਪੋਰਟ ਇਸ ਤੋਂ ਬਿਨਾਂ ਵੀ ਕੁਝ ਕਹਿੰਦੀ ਹੈ ਕਿ 2800 ਪੰਨਿਆਂ ਵਿੱਚ ਇਹੀ ਗੱਲ ਕਹਿੰਦੀ ਹੈ? ਜੀ ਜੀ ਬਿਲਕੁਲ। ਬਲਕਿ ਇਹ ਜਿਹੜੀ ਗੱਲ ਹੈ, ਇਹ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੀ ਸਮਰੀ ਦੇ ਵਿੱਚ ਵੀ 10ਵੇਂ ਨੰਬਰ ਤੇ ਜਾ ਕੇ ਇੱਕ ਸੈਂਟੈਂਸ ਹੈ ਜੀ। ਇਸ ਤੋਂ ਬਿਨਾਂ ਵੀ ਰਿਪੋਰਟ ਬਹੁਤ ਕੁਝ ਕਹਿੰਦੀ ਹੈ, ਤੇ ਅਸੀਂ ਅਜੇ ਉਹਦੇ ਬਾਰੇ ਗੱਲ ਤਾਂ ਕੀ ਕਰਨੀ ਹੈ ਬਲਰਾਜ ਪੰਨੂ ਜੀ? ਸੱਚ ਇਹ ਵੀ ਸੁਣ ਲੈਣ ਤੁਹਾਡੇ ਸਰੋਤੇ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਪਲੀਮੈਂਟ ਕਰਨ ਦੀ ਗੱਲ ਤਾਂ ਛੱਡੋ, ਇਹ ਰਿਪੋਰਟ ਅਜੇ ਛਾਪੀ ਵੀ ਨਹੀਂ ਗਈ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜੀ। ਤੇ ਰਿਪੋਰਟ ਵੀ ਮਾਸ਼ਾ ਅੱਲਾ ਅੰਗਰੇਜ਼ੀ ਵਿੱਚ ਆ ਜੀ। ਬਸ ਖੁਦਾ ਹੀ ਨਿਗੇਬਾਨ ਹੋਵੇ ਉਸ ਪੰਜਾਬ ਦਾ, ਜਿੱਥੇ ਪੰਜਾਬ ਦੇ ਪ੍ਰੋਫੈਸਰਾਂ ਨੂੰ, ਬੁੱਧੀਜੀਵੀਆਂ ਨੂੰ, ਇਹਦੀਆਂ ਯੂਨੀਵਰਸਿਟੀਆਂ ਨੂੰ ਕਦੀ ਇਹ ਚੇਤਾ ਵੀ ਨਹੀਂ ਆਇਆ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਚੁੱਕ ਕੇ ਤੇ ਉਹਨੂੰ ਪੰਜਾਬੀ ਦੇ ਵਿੱਚ ਸਮਰੀ ਬਣਾ ਕੇ ਪੰਜਾਬ ਦੇ ਆਮ ਕਿਸਾਨਾਂ ਲਈ ਛਾਇਆ ਕਰ ਦਈਏ, ਤਾਂ ਕਿ ਉਹ ਵੀ ਬਹਿਸ ਕਰ ਸਕਣ ਕਿ ਸਾਰਾ ਦੇਸ਼ ਇੱਕ ਵਕਤ ਕਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਕਰ ਰਿਹਾ, ਉਸ ਵਿੱਚ ਕੀ ਲਿਖਿਆ ਹੋਇਆ।